सत श्री अकाल दोस्तों, एक बार तुहाडा फिर तो बहुत बहुत स्वागत है जी टूडे पंजाब न्यूज़ चैनल ते। मैं हाँ तरसेम सिंह मठाड़ू ते गल करांगे अज दीआं वड्डीआं खबरां दी। उस तो पहला नज़र मारदे हां चोणवीआं खबरां ते। पहली चोणवी खबर है पंजाब च झोने दी एक किस्म बैन। सीएम मां ने कहा अगली बार नहीं खरीदांगे। त्योहारी सीजन तो पहला घटियां सोने दीआं कीमतां। एक दिन विच 1044 रुपए सस्ता होया सोना। आप सांसद संजय सिंह गिरफ्तार। शराब घोटाले विच ईडी दा वड्डा एक्शन। अदालत ने मनप्रीत बादल दी जमानत अर्जी कीती खारज। पंजाब दे सरकारी स्कूलां लई सरकार दा वड्डा ऐलान होवेगा ए काम। दिवाली तो पहला मोदी सरकार दा तोहफा एलपीजी सिलेंडर 100 रुपए होर सस्ता कीता। पंजाब दे लोकां लई चिंताजनक खबर आई सामने। वधिया इस बीमारी दा खतरा। SYL मामले ते सुप्रीम कोर्ट विच होई अहम सुनवाई। अदालत ने कहा सियासत ना करे पंजाब सरकार। पंजाब सरकार वल्लों सारी सीनियर सैकेंडरी स्कूलां लई 1300 तों वध सुरक्षा गार्डां दी नियुक्ति। हरजोत बैंस। SGPC इलैक्शन श्रोमणी कमेटियां दीआं चोणां दा वज्जिआ बिगुल। CM भगवंत मान ने कीता ऐलान। अगों SGPC ने दित्ता इह जवाब। ਤਾਂ ਦੋਸਤੋ ਇਹ ਸੀ ਆਪਣੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ। ਹੁਣ ਗੱਲ ਕਰਦੇ ਹਾਂ ਇਹਨਾਂ ਖਬਰਾਂ ਦੀ ਵਿਸਤਾਰ ਨਾਲ। ਪਹਿਲੀ ਖਬਰ ਹੈ ਪੰਜਾਬ 'ਚ ਝੋਨੇ ਦੀ ਇੱਕ ਕਿਸਮ ਬੈਨ। CM ਮਾਨ ਨੇ ਕਿਹਾ ਅਗਲੀ ਵਾਰ ਨਹੀਂ ਖਰੀਦਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਝੋਨੇ ਦੇ ਅਗਲੇ ਸੀਜ਼ਨ ਵਿੱਚ ਫੂਸਾ 44 ਨੂੰ ਪੰਜਾਬ 'ਚ ਬੈਨ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ PR 126 ਝੋਨਾ ਬੀਜਣ ਦੀ ਸਲਾਹ ਦੇਵਾਂਗੇ ਕਿਉਂਕਿ ਉਹ ਪੱਕਣ ਵਿੱਚ ਸਿਰਫ 92 ਦਿਨ ਹੀ ਲੈਂਦਾ। ਇਸ ਨਾਲ 2 ਮਹੀਨਿਆਂ ਵਿੱਚ ਪਾਣੀ ਵੀ ਬਚਦਾ। CM ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਇਸ ਵਾਰ ਤਾਂ ਅਸੀਂ ਫੂਸਾ 44 ਨੂੰ ਨਾ ਬੀਜਣ ਦੀ ਸਲਾਹ ਦਿੱਤੀ ਸੀ, ਇਸ ਲਈ ਇਸ ਨੂੰ ਮੰਡੀ 'ਚੋਂ ਚੁੱਕਾਂਗੇ। ਪਰ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਅਸੀਂ ਫੂਸਾ 44 ਨੂੰ ਪੰਜਾਬ 'ਚੋਂ ਬੈਨ ਕਰ ਦੇਵਾਂਗੇ। ਕਿਸਾਨਾਂ ਨੂੰ PR 126 ਝੋਨਾ ਬੀਜਣ ਲਈ ਕਹਾਂਗੇ ਕਿਉਂਕਿ ਉਹ ਪੱਕਣ ਵਿੱਚ ਸਿਰਫ 92 ਦਿਨ ਹੀ ਲੈਂਦੀ ਹੈ। ਇਸ ਨਾਲ 2 ਮਹੀਨਿਆਂ ਦਾ ਪਾਣੀ ਵੀ ਬਚਦਾ ਅਤੇ ਫੂਸਾ ਦੀ ਪਰਾਲੀ ਵੀ ਜ਼ਿਆਦਾ ਹੁੰਦੀ ਹੈ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਘਟੀਆਂ ਸੋਨੇ ਦੀਆਂ ਕੀਮਤਾਂ। ਇੱਕ ਦਿਨ ਵਿੱਚ 1044 ਰੁਪਏ ਸਸਤਾ ਹੋਇਆ ਸੋਨਾ। ਡਾਲਰ ਦੀ ਮਜ਼ਬੂਤੀ ਕਾਰਨ ਮੰਗਲਵਾਰ ਨੂੰ ਦੁਨੀਆ ਭਰ ਵਿੱਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਮੁੰਬਈ ਵਿੱਚ ਸੋਨਾ 1044 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਅਤੇ 24 ਕੈਰਟ ਸੋਨੇ ਦੀ ਕੀਮਤ 56,675 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ, ਜਦਕਿ 5 ਮਹੀਨੇ ਪਹਿਲਾਂ ਸੋਨੇ ਦੀ ਕੀਮਤ 61,646 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ, ਜੋ ਕਿ ਉੱਚ ਪੱਧਰ ਸੀ। ਇਸ ਤੋਂ ਬਾਅਦ ਇਹ 49,071 ਰੁਪਏ ਸਸਤਾ ਹੋ ਗਿਆ ਅਤੇ ਇਸੇ ਤਰ੍ਹਾਂ ਚਾਂਦੀ ਆਪਣੇ ਉੱਚ ਪੱਧਰ 10,243 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬਰਕਰਾਰ ਹੈ ਅਤੇ ਇਸ ਵਿੱਚ ਮੰਗਲਵਾਰ ਨੂੰ 4,566 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਚਾਂਦੀ ਦੀ ਕੀਮਤ 67,037 ਰੁਪਏ ਪ੍ਰਤੀ ਕਿਲੋ ਹੈ, ਜੋ ਕਿ 3 ਦਿਨ ਪਹਿਲਾਂ 71,603 ਰੁਪਏ ਸੀ। ਆਪ ਸਾਂਸਦ ਸੰਜੇ ਸਿੰਘ ਗ੍ਰਿਫਤਾਰ। ਸ਼ਰਾਬ ਘੁਟਾਲੇ ਵਿੱਚ ED ਦਾ ਵੱਡਾ ਐਕਸ਼ਨ। ਇਨਫੋਰਸਮੈਂਟ ਡਾਇਰੈਕਟੋਰੇਟ ED ਦੀ ਟੀਮ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸ਼ਰਾਬ ਘੁਟਾਲੇ ਵਿੱਚ ED ਵੱਲੋਂ ਦਾਇਰ ਚਾਰਜਸ਼ੀਟ ਵਿੱਚ ਸੰਜੇ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ED ਨੇ ਅੱਜ ਸਵੇਰੇ ਹੀ ਉਹਨਾਂ ਦੇ ਘਰ ਛਾਪਾ ਮਾਰਿਆ ਅਤੇ ED ਵੱਲੋਂ ਮਾਰੇ ਗਏ ਛਾਪਿਆਂ 'ਤੇ ਆਮ ਆਦਮੀ ਪਾਰਟੀ ਨੇ ਟਵੀਟ ਕੀਤਾ ਸੀ ਕਿ 15 ਮਹੀਨਿਆਂ 'ਚ 1000 ਤੋਂ ਵੱਧ ਛਾਪੇਮਾਰੀ ਕੀਤੀ ਗਈ ਹੈ, ਪਰ ਜਾਂਚ ਏਜੰਸੀ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ। ED ਦੀ ਚਾਰਜਸ਼ੀਟ ਵਿੱਚ ਉਸ ਵਿਅਕਤੀ ਦਾ ਨਾਂ ਵੀ ਦਰਜ ਜਿਸਨੇ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਦੇ ਸਾਰੇ ਰਾਜ ਖੋਲ੍ਹੇ ਹਨ। ਮਨੀਸ਼ ਸਿਸੋਦੀਆ ਇਸ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਆਬਕਾਰੀ ਵਿਭਾਗ ਦੀ ਜ਼ਿੰਮੇਵਾਰੀ ਸਿਸੋਦੀਆ ਕੋਲ ਹੀ ਸੀ। ਅਦਾਲਤ ਨੇ ਮਨਪ੍ਰੀਤ ਬਾਦਲ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ। ਜੀ ਹਾਂ ਦੋਸਤੋ, ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਹੈ। ਹੁਣ ਮਨਪ੍ਰੀਤ ਬਾਦਲ ਨੂੰ ਭਗੌੜਾ ਐਲਾਨਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਉਹਨਾਂ ਖਿਲਾਫ਼ ਲੌਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਤਾਂ ਜੋ ਉਹ ਦੇਸ਼ ਛੱਡ ਕੇ ਬਾਹਰ ਨਾ ਜਾਣ। ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਰਕਾਰ ਦਾ ਵੱਡਾ ਐਲਾਨ ਹੋਵੇਗਾ ਇਹ ਕੰਮ। ਪੰਜਾਬ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਦਾਅਵੇ ਕਰ ਰਹੀ ਹੈ। ਇਸੇ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੁਧਿਆਣਾ ਵਿਖੇ ਪੁੱਜ ਕੇ
ऐलान किया। उन्हें कहा कि सूबे के कुल 20,000 सरकारी स्कूल दिसंबर तक वाईफाई सहूलत नाल लैस होणगे ते किसी भी स्कूल नूं इंटरनेट की समस्या नहीं आएगी। सिक्ख्या मंत्री कल इत्थे सरकारी स्कूलों विच तैनात किए गए सिक्ख्या गार्डां नाल मीटिंग कर रहे सन। इस दौरान उन्होंने दस्सिया कि विभाग वालों एक ऐप बनाई जा रही जिस विच स्कूल प्रबंधक जां बच्चों के मापे स्कूल के बाथरूम की खस्ता हालत की तस्वीर पोस्ट कर सकते हैं। उन्होंने कहा कि जेकर किसी भी खस्ता हालत इमारत या किसी हिस्से की तस्वीर अपलोड की जाती है तो उसका तुरंत हल किया जाएगा। स्कूल के सुरक्षा गार्डा की तैनाती को लेकर उन्होंने कहा कि 500 तो ज़्यादा विद्यार्थियों वाले हाई स्कूल भी सुरक्षा गार्ड तैनात करने की प्रक्रिया शुरू कर दी गई है। दिवाली तो पहला मोदी सरकार का तोहफा LPG सिलंडर 100 रुपये होर सस्ता किया। दिवाली तो पहला मोदी सरकार ने उज्ज्वला योजना के लाभपात्रियों को वड्डा तोहफा दिता। केंद्रीय मंत्री अनुराग ठाकुर ने कैबिनेट ब्रीफिंग दौरान दस्सिया कि हुण प्रधानमंत्री उज्ज्वला योजना के लाभपात्रियों 200 रुपये की सबसिडी 100 रुपये वधा के 300 रुपये कर दी गई है। अनुराग ठाकुर ने कहा कि केंद्रीय मंत्री मंडल ने रखड़ी और ओनम के मौके LPG 200 रुपये की कटौती का ऐलान किया। अज उज्ज्वला के लाभपात्रियों को मिलने वाला लाभ 200 रुपये तो वधा के 300 रुपये कर दिया गया। केंद्रीय मंत्री अनुराग ठाकुर ने मोदी कैबिनेट के फैसले की जानकारी देते हुए कहा कि उज्ज्वला योजना तहत भैनों को हुण 300 रुपये की सबसिडी मिलेगी। उज्ज्वला योजना ने औरतों के जीवन में बहुत बड़ा योगदान पाया है। पंजाब के लोगों लिए चिंताजनक खबर आई सामने वध्या इस बीमारी का खतरा। पंजाब के लोगों लिए चिंताजनक खबर सामने आई है। दरअसल सूबे में डेंगू और चिकनगुनिया का प्रकोप लगातार वाधा जा रहा। हुण तक डेंगू के कुल 5,569 मामले सामने आ चुके हैं। इस संबंधी सेहत विभाग ने भी चौकस कर दिया गया। इस अलावा चिकनगुनिया के मरीजों की गिनती 113 हो गई है। लोगों की सहूलत लई सेहत विभाग वालों सारे जिलों में डेंगू वार्ड बनाए गए हैं जिथे डॉक्टर 24 घंटे मौजूद रहते हैं। दसिया जा रहा है कि प्राइवेट हस्पतालों में भी यह प्रबंध किया गया। सेहत मंत्री डॉक्टर बलबीर सिंह ने कहा कि डेंगू तो बचने लोगों को घट्टो घट नवंबर तक सुचेत रहने की लड़ है। इस समस्या तो बचने लिए आले दुआले की सफाई करो तो पानी इकट्ठा ना हो। इस कारण हर शुक्रवार डेंगू ते जंग मुहिम तहत लोगों नूं अपने घरां अते सड़कां तो जमा पानी कढ़न की अपील की गई है। SYL मामले ते सुप्रीम कोर्ट विच होई अहम सुनवाई। अदालत ने कहा सियासत ना करे पंजाब सरकार। सतलुज यमुना लिंक नहर विवाद ते सुप्रीम कोर्ट विच अज अहम सुनवाई हुई। अदालत ने सुनवाई दौरान पंजाब सरकार नूं कहा कि वह इस मुद्दे ते सियासत ना करे। पंजाब सरकार कानून तो उपर नहीं है। सुप्रीम कोर्ट ने कहा कि पंजाब सरकार सानू सख्त हुक्म देने लिए मजबूर ना करे। खबर अनुसार पंजाब सरकार के रवैये तो सुप्रीम कोर्ट काफ़ी नाराज नज़र आ रही सी। सुप्रीम कोर्ट ने पंजाब सरकार इस मामले अगे वधन का हुक्म दिता। अदालत ने कहा कि जेकर सुप्रीम कोर्ट किसी हल वल वध रही है तो पंजाब सरकार ने भी असारू रवैया दिखाना चाहिए। सुप्रीम कोर्ट ने इस मामले हुए घटनाक्रम बारे रिपोर्ट पेश करने लिए कहा। इस मामले की अगली सुनवाई हुण जनवरी 2024 होगी। हरियाणा सरकार ने सुनवाई दौरान कहा कि यह विवाद 2 दहाकों तो चल रहा है। पंजाब सरकार इस समस्या का हल नहीं चाहते। पिछलियां 2 मीटिंगों में कोई हल नहीं निकलिया। सुप्रीम कोर्ट ने केंद्र नूं पंजाब वाले पासे SYL नहर की मौजूदा स्थिति का सर्वेखण करने की प्रक्रिया शुरू करने लिए कहा जिस विच यह देखा जाना है कि जिथे किन्नी जमीन है तो किन्नी नहर बनी है। इस विच पंजाब सरकार नूं सहयोग देना होगा। सुप्रीम कोर्ट ने पंजाब सरकार नूं कहा कि सर्वेखण लई केंद्र तो आने वाले अधिकारियों नूं लोड़ी दी सुरक्षा मुहैया करवाई जाए। पंजाब सरकार वालों सारे सीनियर सैकेंडरी स्कूलों लई 1300 तो वध सुरक्षा गार्डां दी नियुक्ति। पंजाब सरकार वालों नवेकली पहलकदमी करदे सूबे विच मौजूदा सिक्ख्या ढांचे नूं होर मजबूत करन लई सरकारी स्कूलों विच 1378 सुरक्षा गार्डां दी नियुक्ति की गई है। स्थानक सरकारी मैरिटोरियस स्कूल विखे सुरक्षा गार्डां दे ओरिएंटेशन प्रोग्राम की प्रधानगी करदिआं पंजाब दे सिक्ख्या मंत्री हरजोत सिंह बैस ने कहा कि यह नवनियुक्त सुरक्षा गार्ड ना सिर्फ विद्यार्थियों की सुरक्षा का ध्यान रखेंगे सगों यह भी यकीनी बनाएंगे कि विद्यार्थी पढ़ाई के समय स्कूल छोड़ के बाहर ना जाएं। उन्होंने कहा कि 500 तो वध विद्यार्थियों की गिनती वाले सीनियर सैकेंडरी स्कूलों में सुरक्षा गार्ड तैनात होंगे जो स्कूल के अंदर बच्चों की सुरक्षा को यकीनी बनाएंगे। कैबिनेट मंत्री बैस ने दसिया कि यह सुरक्षा गार्ड स्कूलों की एंट्री और बाहर जाने वाले गेटा ते तैनात रहेंगे। उन्होंने कहा कि वह यकीनी बनाएंगे कि स्कूल समय दौरान कोई भी विद्यार्थी प्रिंसीपल की इजाजत तो बिना स्कूल तो बाहर ना जा सके और स्कूल में आने जाने वालों का रिकॉर्ड भी रखा जाएगा।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਵਾਜਾ ਬਿਗਲ ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ। ਅੱਗੋਂ ਐਸਜੀਪੀਸੀ ਨੇ ਦਿੱਤਾ ਇਹ ਜਵਾਬ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਹੋਣ ਦੀ ਉਮੀਦ ਬੱਝੀ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ। ਉਹਨੇ ਕਿਹਾ ਕਿ 21 ਅਕਤੂਬਰ 2023 ਤੋਂ ਨਵੀਆਂ ਵੋਟਾਂ ਬਣਾਉਣ ਦੀ ਵੋਟਰ ਸੂਚੀ ਦੀ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਚੋਣਾਂ 'ਤੇ ਇਸ ਸੰਬੰਧੀ ਅਹਿਮ ਜਾਣਕਾਰੀ ਹੈ। 21 ਅਕਤੂਬਰ 2023 ਤੋਂ ਨਵੀਆਂ ਵੋਟਾਂ ਬਣਾਉਣ 'ਤੇ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਬਾਕੀ ਵੇਰਵੇ ਜਲਦੀ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੀ ਪ੍ਰਤੀਕਰਮ ਆਇਆ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀਆਂ ਜਨਰਲ ਚੋਣਾਂ ਲਈ ਵੋਟਾਂ ਬਣਾਉਣੀਆਂ ਸਰਕਾਰ ਦੀ ਜ਼ਿੰਮੇਵਾਰੀ। ਇਸ ਸੰਬੰਧੀ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਕਾਫੀ ਸਮਾਂ ਪਹਿਲਾਂ ਸੰਬੰਧਿਤ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਪ੍ਰਸ਼ਾਸਕ ਨੂੰ ਪੱਤਰ ਲਿਖਿਆ ਜਾ ਚੁੱਕਿਆ। ਮੁੱਖ ਮੰਤਰੀ ਜੀ, ਤੁਸੀਂ ਹਰ ਕੰਮ ਨੂੰ ਆਪਣੇ ਖਾਤੇ ਪਾਉਣ ਦੇ ਐਲਾਨ ਦੀ ਥਾਂ ਗੁਰਦੁਆਰਾ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਪ੍ਰਸ਼ਾਸਨ ਨੂੰ ਪਾਲਣ ਕਰਦੇ ਹੋ। ਮੈਂ ਸ਼੍ਰੋਮਣੀ ਕਮੇਟੀ ਦਾ ਮੁੱਖ ਸੇਵਾਦਾਰ ਹੁੰਦਿਆਂ ਚੋਣਾਂ ਦਾ ਸਵਾਗਤ ਕਰਦਾ ਹਾਂ। ਵੱਲੋਂ ਹਰਜਿੰਦਰ ਸਿੰਘ ਧਾਮੀ। ਤਾਂ ਦੋਸਤੋ, ਇਸੇ ਨਾਲ ਹੀ ਆਪਣੀਆਂ ਅੱਜ ਸਵੇਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ। ਮਿਲਦੇ ਹਾਂ ਅਗਲੇ ਦਿਨ ਦੀਆਂ ਖਬਰਾਂ ਨਾਲ। ਹੁਣ ਲਈ ਇੰਨਾ ਹੀ। ਧੰਨਵਾਦ। ਸਤਿ ਸ਼੍ਰੀ ਅਕਾਲ।